ਚੈਨਲ ਆਈ ਪੰਜਾਬ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਕਾਂਗਰਸ ਪਾਰਟੀ ਦੇ ਹਲਕਾ ਸਨੌਰ ਦੇ ਇੰਚਾਰਜ ਸਰਦਾਰ ਹਰਿੰਦਰਪਾਲ ਸਿੰਘ ਹੈਰੀ ਮਾਨਦੇਵ ਐਸਡੀ ਜੋਗਿੰਦਰ ਸਿੰਘ ਕਾਕੜਾ ਉੱਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਉਂਦਿਆਂ ਪਿੰਡ ਰੱਤਾਖੇੜਾ ਦੇ ਸਾਬਕਾ ਸਰਪੰਚ ਪ੍ਰਗਟ ਸਿੰਘ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਪ੍ਰਗਟ ਸਿੰਘ ਨੇ ਦੇਵੀਗੜ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਾਕੜਾ ਵਿਰੁੱਧ ਭੜਾਸ ਕੱਢੀ। ਮੈਂ ਇਹ ਬਤਾਇਆ ਜੀ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਵੀ ਆਪਾਂ ਇਹਨਾਂ ਦਾ ਹੱਕ ਕਰੀਏ, ਆਪਣਾ ਨੁਕਸਾਨ ਆਪਣੀ ਪਾਰਟੀ ਦਾ ਹੋਇਆ, ਪਰ ਅਸੀਂ ਮਹਾਰਾਣੀ ਸਾਹਿਬਾਂ ਦੇ ਸਿਪਾਹੀ ਹਾਂ, ਅਸੀਂ ਆਪਣੀ ਪਾਰਟੀ ਦਾ ਨੁਕਸਾਨ ਨਹੀਂ ਕਰਦੇ। ਜਦੋਂ ਸਰਪੰਚੀਆਂ ਸ਼ੁਰੂ ਹੋਈਆਂ ਅਜਰਬ ਕਰਵਾਉਣੀ ਹੈ, ਤਾਂ ਸਾਡੇ ਬੜੇ ਸਾਥੀਆਂ ਦਾ ਉੱਥੇ ਨੁਕਸਾਨ ਹੋਇਆ ਜਨਰਲ ਕਰਾਉਣ ਵਾਸਤੇ ਅਤੇ ਅਜਰਬ ਕਰਾਉਣ ਵਾਸਤੇ। ਦੂਜੀ ਗੱਲ, ਜਦੋਂ ਫਾਰਮ ਭਰ ਰਹੇ ਸੀ, ਕਾਗਜ਼ ਭਰ ਰਹੇ ਸੀ ਸਰਪੰਚੀ ਦੇ, ਉੱਥੇ ਮੈਂ ਕੋਈ 10 ਬੰਦੇ ਐਸੇ ਗਰਾਮ ਜਿਹੜੇ ਅਗਲੀ ਮੀਟਿੰਗ 'ਚ ਜਿਨ੍ਹਾਂ ਦਾ ਕੋਈ ਸੰਬੰਧ ਕਾਂਗਰਸ ਪਾਰਟੀ ਨਾਲ ਨਹੀਂ, ਉਹਨਾਂ ਦਾ ਬਿਲਕੁਲ ਵੀ ਸੰਬੰਧ ਕਾਂਗਰਸ ਪਾਰਟੀ ਨਾਲ ਨਹੀਂ। ਉਸ ਬੰਦਿਆਂ ਨੇ ਦੂਜੇ ਸਾਡੇ ਕਾਂਗਰਸ ਬੰਦਿਆਂ ਦੇ ਕਾਗਜ਼ ਰਿਜੈਕਟ ਕਰਾਏ ਨੇ, ਇੱਥੇ ਮਿਸਾਲ ਹੈ, ਉਹ ਖੜ੍ਹੇ ਨੇ। ਅਸੀਂ ਹੁਣ ਅਗਲੀ ਮੀਟਿੰਗ 'ਚ ਸਾਰੇ ਵਰਗੇ ਖੁੱਲ੍ਹਾਂਗੇ। ਇਹਨਾਂ ਨੇ ਪਹਿਲਾਂ ਤਾਂ ਉਹ ਕਾਗਜ਼ ਰਿਜੈਕਟ ਕਰਾਏ, ਕਾਫੀ ਲੋਕ ਕਾਂਗਰਸੀ ਹੋਏ ਉਸ ਟਾਈਮ ਵੀ, ਸਾਡੇ ਕਾਗਜ਼ ਰਿਜੈਕਟ ਇਹਨੇ ਕਰਾਏ ਆ ਯਾਰ, ਤਾਂ ਲੋਕਾਂ ਕੋਲ ਉਸ ਟਾਈਮ ਦੀਆਂ ਵੀਡੀਓ ਵੀ ਨੇ। ਜਿਵੇਂ ਜਿਵੇਂ ਗੱਲ ਪੈਸਾ ਲਿਆ ਜੀ ਇਹਨੇ ਰੱਜ ਕੇ, ਉਸ ਤੋਂ ਪਿੱਛੇ ਸਾਡਾ ਇੱਕ ਸਾਡਾ ਚਾਚਾ ਜੀ ਸਰਪੰਚ ਆਪਣਾ ਭੰਬੂਆਂ ਤੋਂ ਜੀ, ਮੈਂ ਬੱਚਾ ਸੀ ਉਸ ਟਾਈਮ ਤੋਂ, ਜਿਸ ਟਾਈਮ ਦਾ ਮੈਂ ਇਹਨਾਂ ਨੂੰ ਦੇਖ ਰਿਹਾ ਵੀ ਕਾਂਗਰਸ ਪਾਰਟੀ ਨੇ ਸਫਾਈ ਹੈ ਝੰਡਾ ਚੱਕ ਕੇ ਅੱਗੇ ਲੱਗ ਰਹੇ ਸੀ, ਜੋ ਸਰਦਾਰ ਲਾਲਜੀਤ ਸਿੰਘ ਜੀ ਦਾ ਟਾਈਮ ਸੀ ਸਾਡੇ, ਉਸ ਟਾਈਮ ਤੋਂ ਹੀ ਕਾਂਗਰਸ ਪਾਰਟੀ। ਅੱਜ ਕੀ ਹੋਇਆ ਉਸ ਬੰਦੇ ਨਾਲ, ਦੇਖੋ ਬਸ ਰੋਣ ਆਉਂਦਾ ਜੀ ਜਦੋਂ ਉਹਨੂੰ ਦੇਖਦੇ ਹਾਂ। ਅਸੀਂ ਉਹ ਗੱਲਾਂ ਸੁਣਦਿਆਂ ਥਾਣੇ 'ਚ ਉਹਨੂੰ ਜਲੀਲ ਕੀਤਾ ਗਿਆ, ਉਹਦਾ ਪਰਚਾ ਕਰਾਇਆ ਗਿਆ। ਕਾਹਦੇ ਵਾਸਤੇ ਪਰਚਾ ਕਰਾਇਆ ਗਿਆ? ਵਾ ਇੱਕ ਉਸ ਬੰਦੇ ਵਾਸਤੇ ਪਰਚਾ ਕਰਾਇਆ ਗਿਆ, ਇੱਕ ਵਪਾਰੀ ਹੈ ਉਹ, ਬਸ ਹੋਰ ਬਹੁਤ ਚੀਜ਼ਾਂ ਨੇ ਉਹਦੇ 'ਚ ਕਿ ਸਾਡੇ ਬੰਦੇ ਦਾ ਉਸ ਬੰਦੇ ਕਰਕੇ ਨੁਕਸਾਨ ਹੋਇਆ। ਆਕੜੇ ਨੂੰ ਜੀ ਸਾਰੇ ਜੋਗਿੰਦਰ ਸਿੰਘ ਦਾ ਇਹਨੂੰ ਇੱਥੋਂ ਭਜਾਇਆ ਜਾਏ। ਮਾਨਸਾ ਬੇਨਤੀ ਹੈ, ਮਹਾਰਾਣੀ ਸਾਹਿਬਾਂ ਬੇਨਤੀ ਹੈ, ਇਹਨੂੰ ਭਜਾਇਆ ਜਾਏ। ਨਹੀਂ ਤਾਂ ਦੇਖੋ, ਮੈਂ ਅੱਗੇ ਵੀ ਕਹਿ ਚੁੱਕਾ, ਤਾਂ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਕਾਂਗਰਸੀ ਸਿਪਾਹੀ ਹਾਂ, ਕਾਂਗਰਸੀ ਰਹਾਂਗੇ, ਪਰ ਦੇਖੋ ਜੀ, ਨਹੀਂ ਤਾਂ ਸਾਹਮਣੇ ਅਸੀਂ ਹੋ ਗਏ ਤਾਂ ਦੇਖੋ ਨੁਕਸਾਨ ਹੋਏਗਾ। ਚੈਨਲ ਆਈ ਪੰਜਾਬ ਨਾਲ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਕਾਕੜਾ ਨੇ ਸਾਰੇ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਗਟ ਸਿੰਘ ਉਸ ਉੱਪਰ ਦਬਾਅ ਪਾ ਰਿਹਾ ਸੀ ਕਿ ਕੁਝ ਨਜਾਇਜ਼ ਕੰਮ ਕੀਤੇ ਜਾਣ, ਪਰ ਮੈਂ ਨਹੀਂ ਮੰਨਿਆ, ਜਿਸ ਕਰਕੇ ਉਹ ਇਹਨਾਂ ਹੱਥਕੰਡਿਆਂ 'ਤੇ ਉਤਰ ਆਇਆ। ਸਤਿ ਸ਼੍ਰੀ ਅਕਾਲ ਦੋਸਤੋ, ਦੇਵੀਗੜ੍ਹ ਵਿੱਚ ਅੱਜ ਕਾਂਗਰਸ ਦੇ ਕੁਝ ਲੀਡਰਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਸਰਦਾਰ ਹਰਿੰਦਰਪਾਲ ਸਿੰਘ ਹੈਰੀ ਮਾਨ ਦੇ OSD ਸਰਦਾਰ ਜੋਗਿੰਦਰ ਸਿੰਘ ਕਾਕੜਾ ਦੇ ਵਿਰੁੱਧ ਪ੍ਰੈਸ ਕਾਨਫਰੰਸ ਕਰਕੇ ਕਈ ਵਿਵਾਦਿਤ ਦੋਸ਼ ਲਗਾਏ। ਅਸੀਂ ਕਾਕੜਾ ਸਾਹਿਬ ਅੱਜ ਕੁਝ ਸਾਬਕਾ ਸਰਪੰਚ ਅਤੇ ਕੁਝ ਹੋਰ ਲੀਡਰਾਂ ਨੇ ਤੁਹਾਡੇ ਉੱਤੇ ਕੁਝ ਇਲਜ਼ਾਮ ਲਗਾਏ ਨੇ ਪ੍ਰੈਸ ਕਾਨਫਰੰਸ ਕਰਕੇ, ਤੁਸੀਂ ਕੀ ਕਹੋਗੇ? ਪਹਿਲੀ ਗੱਲ ਤਾਂ ਇਹ ਹੈ ਜੀ, ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਪ੍ਰਗਟ ਸਿੰਘ ਰੱਤਾਖੇੜਾ ਨੇ ਕੀਤੀ ਹੈ, ਅੱਜ ਚੋਣ ਦੰਗਲ ਭਖਿਆ ਹੋਇਆ, ਔਰ ਨਾ ਤਾਂ ਇੱਥੋਂ ਕੋਈ ਜੋਗਿੰਦਰ ਸਿੰਘ ਕਾਕੜਾ ਚੋਣ ਲੜ ਰਿਹਾ, ਨਾ ਹੀ ਹਰਿੰਦਰਪਾਲ ਸਿੰਘ ਹੈਰੀਮਾਨ ਚੋਣ ਲੜ ਰਿਹਾ। ਇਹ ਅੱਜ ਚੋਣ ਦੰਗਲ ਭਖਿਆ ਹੋਇਆ, ਮਹਾਰਾਣੀ ਪਰਨੀਤ ਕੌਰ ਜੀ ਚੋਣ ਲੜ ਰਹੇ ਨੇ ਇੱਥੋਂ ਪਾਰਲੀਮੈਂਟ ਦੀ। ਇਹ ਲੋਕ ਕੀ ਸਾਬਤ ਕਰਨਾ ਚਾਹੁੰਦੇ ਨੇ? ਜਦੋਂ ਇੱਕ ਪਾਸੇ ਗੱਲ ਕਹਿ ਰਹੇ ਨੇ ਕਿ ਹੈਰੀਮਾਨ ਬਹੁਤ ਚੰਗੇ ਲੀਡਰ ਨੇ, ਮਹਾਰਾਣੀ ਸਾਹਿਬ ਬਹੁਤ ਚੰਗੇ ਲੀਡਰ ਨੇ, ਅਤੇ ਜੇ ਕੋਈ ਗੱਲ ਸੀ ਤਾਂ ਫਿਰ ਇਹ ਹੈਰੀਮਾਨ ਦੇ ਧਿਆਨ 'ਚ ਲੈਂਦੇ, ਮਹਾਰਾਣੀ ਸਾਹਿਬ ਦੇ ਧਿਆਨ 'ਚ ਲਿਆਉਂਦੇ। ਇਹ ਜਿਹੜੇ ਥੋੜ੍ਹੇ ਬਹੁਤੇ ਲੋਕ ਨੇ, ਇਹ ਜਿਹੜੇ ਸਾਡੀ ਜਿਹੜੀ ਚੋਣ ਮੁਹਿੰਮ ਹੈ ਉਹਦੇ ਵਿੱਚ ਜਿਹੜਾ ਐਡਾ ਭਰਵਾਂ ਹੁੰਗਾਰਾ ਮਿਲ ਰਿਹਾ, ਅਸੀਂ ਕੰਮ ਕਰ ਰਹੇ ਹਾਂ ਮਹਾਰਾਣੀ ਪਰਨੀਤ ਕੌਰ ਵਾਸਤੇ, ਇਹ ਉਹਨੂੰ ਬਰਦਾਸ਼ਤ ਨਹੀਂ ਕਰ ਰਹੇ। ਅਤੇ ਅੱਜ
ਸਿਖਰਾਂ ਦੇ ਉੱਤੇ ਜਿਹੜੀ ਚੋਣ ਮੁਹਿੰਮ ਹੈ ਉਹਨੂੰ ਇਹ ਮੱਠੀ ਕਰਨਾ ਚਾਹੁੰਦੇ ਨੇ ਕਿ ਜਿਹੜਾ ਉੱਥੇ ਇਕੱਠ ਰੱਖਿਆ ਸੀ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਬੁਲਾਇਆ ਗਿਆ ਸੀ ਔਰ ਕਿਹਾ ਗਿਆ ਸੀ ਕਿ ਇੱਥੇ ਕੋਈ ਕਾਂਗਰਸ ਦਾ ਸੀਨੀਅਰ ਲੀਡਰ ਆ ਰਿਹਾ ਅਤੇ ਮੀਟਿੰਗ ਹੈ। ਨੰਬਰ 2 ਜਿਹੜੀ ਇਹਨੇ ਗੱਲ ਕੀਤੀ ਆ ਉੱਥੇ ਸਾਡੇ ਦੇ ਦੋਸ਼ ਲਗਾਏ ਨੇ ਉਹ ਬਿਲਕੁਲ ਸਰਾਸਰ ਝੂਠੇ ਨੇ। ਇਹ ਪਿੱਛੇ ਸਾਡੀਆਂ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਪ੍ਰਗਟ ਸਿੰਘ ਰੱਤਾਖੇੜਾ ਜਿਹੜਾ ਸਾਡਾ ਸਤਿਕਾਰਯੋਗ ਭਰਾ ਹੈ ਸਾਡਾ ਇਹ ਕਾਂਗਰਸ ਵੱਲੋਂ ਸਰਪੰਚੀ ਦੀ ਚੋਣ ਲੜ ਰਿਹਾ ਸੀ ਔਰ ਸਰਪੰਚੀ ਦੀ ਚੋਣ ਜਦੋਂ ਹਾਰ ਗਿਆ ਇਹਦਾ ਫੋਨ ਆਉਂਦਾ ਕਿ ਸਾਨੂੰ ਉੱਥੇ ਆ ਕੇ ਧੱਕੇ ਨਾਲ ਡਿਕਲੇਅਰ ਕਰਾ ਕੇ ਜਾਓ ਹੈਰੀਮਾਨ ਨਾਲ ਗੱਲ ਕਰਕੇ, ਜੋੜਾ ਕਿ ਮੈਂ ਕਰ ਨਹੀਂ ਸਕਿਆ ਔਰ ਨਾ ਮੈਂ ਕਿਹਾ ਮੈਂ ਜਾਵਾਂ ਉੱਥੇ, ਨਾ ਮੈਂ ਤੇਰੇ ਇਸ ਤਰ੍ਹਾਂ ਡਿਕਲੇਅਰ ਕਰਾ ਸਕਦਾ ਕਿਉਂਕਿ ਪਿੰਡੋ ਪਿੰਡ ਚੋਣ ਹੋ ਰਹੀਆਂ ਸੀ ਔਰ ਅਸੀਂ ਉਹਦੇ ਜਾ ਕੇ ਡਿਕਲੇਅਰ ਨਹੀਂ ਕਰਾ ਸਕੇ। ਨੰਬਰ 1 ਨੰਬਰ 2 ਇੱਕ ਇਹਨੇ ਹੁਣ ਥੋੜ੍ਹੇ ਦਿਨ ਪਹਿਲਾਂ ਹੀ ਜਾ ਕੇ ਬੇਸ਼ੱਕ ਪਤਾ ਕਰ ਲਓ, ਆਪ ਕਾਗਜ਼ ਚੈੱਕ ਕਰ ਲਓ, ਬਿੰਜਲ ਜ਼ਮੀਨ ਖਰੀਦੀ ਹੈ, ਡਿਸਪਿਊਟਡ ਜ਼ਮੀਨ, ਬਿੰਜਲ ਜ਼ਮੀਨ ਇਹਨੇ ਲਈ ਆ ਡਿਸਪਿਊਟਡ। ਉਹ ਕਹਿੰਦਾ ਸੀ ਮੈਨੂੰ ਰੋਜ਼ ਆਉਂਦਾ ਸੀ, ਮੈਨੂੰ ਫੋਨ ਵੀ ਕਰਦਾ ਸੀ ਕਿ ਉਸ ਜ਼ਮੀਨ 'ਤੇ ਮੇਰਾ ਕਬਜ਼ਾ ਕਰਾਇਆ ਜਾਵੇ, ਹੈਰੀਮਾਨ ਨਾਲ ਤੂੰ ਗੱਲ ਕਰ, ਤੂੰ ਹੈਰੀਮਾਨ ਨਾਲ ਗੱਲ ਕਰ। ਨਾ ਮੈਂ ਹੈਰੀਮਾਨ ਨਾਲ ਗੱਲ ਕੀਤੀ, ਮੈਂ ਕਿਹਾ ਮੈਂ ਕਿਉਂ ਕਰਾਂ ਹੈਰੀਮਾਨ ਨਾਲ ਗੱਲ ਇਹੋ ਜੀ, ਅਤੇ ਨਾ ਮੈਂ ਇਹਦਾ ਕਬਜ਼ਾ ਕਰਾ ਸਕਿਆ। ਉਹ ਹੀ ਇਹ ਮੇਰੇ ਨਾਲ ਖੁੰਦਕ ਰੱਖਣ ਲੱਗ ਗਿਆ ਔਰ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਦੁਕਾਨ 'ਤੇ ਸੱਦ ਕੇ, ਜਦੋਂ ਉੱਥੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਨੇ ਇਹਦਾ ਵਿਰੋਧ ਵੀ ਉਸ ਗੱਲ ਦਾ ਕੀਤਾ, ਲੋਕਾਂ ਨੇ ਬਾਹਰ ਆ ਕੇ ਸਾਰਿਆਂ ਨੇ ਮੇਰੇ ਨਾਲ ਮੈਨੂੰ ਫੋਨ ਵੀ ਕੀਤੇ, ਉਹੀ ਬੰਦੇ ਆ ਕੇ ਮੇਰੇ ਕੋਲ ਚਾਹ ਪੀ ਕੇ ਗਏ ਨੇ ਔਰ ਮੈਨੂੰ ਮਿਲ ਕੇ ਗਏ ਨੇ। ਕਾਕੜਾ ਸਾਹਿਬ ਇਹ ਵੀ ਦੋਸ਼ ਲਾਏ ਜਾ ਰਹੇ ਕਿ ਜੋਗਿੰਦਰ ਸਿੰਘ ਕਾਕੜਾ ਲੋਕਾਂ ਤੋਂ ਪੈਸੇ ਇਕੱਠੇ ਕਰ ਕਰਕੇ ਲਿਜਾ ਰਿਹਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜੋਗਿੰਦਰ ਸਿੰਘ ਕਾਕੜੇ ਨੂੰ ਕੋਈ ਪੈਸੇ ਕਿਉਂ ਦਊਗਾ, ਮੇਰੀ ਇੱਥੇ ਕੀ ਹਸਤੀ ਹੈ, ਕਿਉਂਕਿ ਸਾਡਾ CM ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹਾ, ਸਾਡੇ ਹਲਕੇ 'ਚ 2-3 ਵਾਰੀ ਹਰੇਕ ਮਹੀਨੇ 'ਚ ਮਹਾਰਾਣੀ ਸਾਹਿਬ ਆ ਰਹੇ ਨੇ, ਹਰਿੰਦਰਪਾਲ ਸਿੰਘ ਹੈਰੀਮਾਨ ਸਾਡੇ ਹਲਕਾ ਇੰਚਾਰਜ ਕਰੀਬ ਸਾਰਾ ਹਫ਼ਤਾ ਹੀ ਇੱਥੇ ਰਹਿੰਦੇ ਨੇ, ਮੀਟਿੰਗਾਂ ਕਰਦੇ ਨੇ ਔਰ ਮੇਰੀ ਕੀ ਤਾਕਤ ਹੈ ਕਿ ਮੈਂ ਕਿਸੇ ਮੈਨੂੰ ਲੋਕ ਰੁਪਈਆ ਕਿਉਂ ਦੇਣਗੇ। ਤੁਸੀਂ ਇਹ ਦੇਖੋ ਕਿ 1% ਇਹ ਲੋਕ ਵੀ ਨਹੀਂ ਹੈਗੇ, 1% ਵੀ, ਮੈਂ ਕਹਿੰਦਾ 99% ਤੁਸੀਂ ਇੱਥੋਂ ਦੇ ਵਾਸੀ ਹੋ, ਤੁਸੀਂ ਇੱਥੇ ਦੇਵੀਗੜ੍ਹ 'ਚ ਲੋਕਲ ਬੈਠੇ ਹੋ, ਸਾਰੀ ਪ੍ਰੈਸ ਬੈਠੀ ਹੈ, CID ਹੈ, ਇੰਟੈਲੀਜੈਂਸ ਹੈ, ਕੋਈ ਇੱਕ ਵੀ ਬੰਦਾ ਕਹਿ ਦੇ ਕਿ ਮੈਨੂੰ ਕੋਈ ਆ ਕੇ ਪਿੰਡਾਂ 'ਚ ਜਾ ਕੇ ਪਤਾ ਕਰ ਲਓ ਕਿ ਜੋ ਤੁਸੀਂ ਸਜ਼ਾ ਲਾਓਗੇ ਮੈਂ ਭੁਗਤਾਂਗਾ, ਅੱਜ ਇੱਕ ਵੀ ਬੰਦਾ ਕੋਈ ਮੇਰੇ 'ਤੇ ਪੈਸੇ ਦਾ ਐਲੀਗੇਸ਼ਨ ਲਾ ਦੇ ਕਿ ਕਾਕੜੇ ਨੇ ਸਾਡੇ ਤੋਂ ਪੈਸੇ ਲਏ ਨੇ, ਮੈਂ ਸਿਆਸਤ ਛੱਡ ਦਾਂਗਾ। ਕਾਕੜਾ ਸਾਹਿਬ ਇਸ ਵਿਵਾਦ ਦਾ ਇਲੈਕਸ਼ਨ ਦੇ ਉੱਤੇ ਕੋਈ ਅਸਰ ਪਵੇਗਾ? ਚਲੋ ਫਰਕ ਤਾਂ ਹਰ ਇੱਕ ਚੀਜ਼ ਦਾ ਪੈਂਦਾ ਪਰ ਲੇਕਿਨ ਇਹਨਾਂ ਲੀਡਰਾਂ ਦਾ ਜਿਹੜੇ 1% ਲੋਕ ਨੇ ਇਹਨਾਂ ਦੇ ਇਹਨਾਂ ਦਾ ਐਡਾ ਵੱਡਾ ਕੱਦ ਨਹੀਂ ਕਿ ਮਹਾਰਾਣੀ ਸਾਹਿਬ ਦਾ ਸਤਿਕਾਰ ਹੀ ਇੰਨਾ ਜ਼ਿਆਦਾ ਪਟਿਆਲੇ ਜ਼ਿਲ੍ਹੇ 'ਚ ਕਿ ਕੋਈ ਵੀ ਇਹਨਾਂ ਦੇ ਕਹਿਣ ਨਾਲ ਫਰਕ ਨਹੀਂ ਪੈਂਦਾ ਅਤੇ ਨਾ ਹੀ ਪੈਣਾ, ਕਿਉਂਕਿ ਸਾਰੀ ਕਾਂਗਰਸੀ ਇੱਕ ਮੁੱਠਾਂ ਸੀ, ਸਾਰੇ ਕਾਂਗਰਸ ਦੇ ਲੀਡਰ, ਸਾਡੇ ਬਲੋਕ ਸਮਿਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਰੇ ਅਸੀਂ ਇੱਕ ਮੁੱਠਾਂ ਔਰ ਬੜੇ ਤਕੜੇ ਹੋ ਕੇ ਅਸੀਂ ਇਸ ਚੋਣ ਮੁਹਿੰਮ ਨੂੰ ਬੜੇ ਅੱਛੇ ਤਰੀਕੇ ਨਾਲ ਚਲਾ ਰਹੇ ਹਾਂ। ਦੇਵੀਗੜ੍ਹ ਤੋਂ ਆਈ ਪੰਜਾਬ ਬਿਊਰੋ ਦੀ ਰਿਪੋਰਟ।